ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਹੈਲੋ ਜੀ, ਸਾਡਾ ਕੁਸ਼ਚਨ ਹੈਗਾ ਔਨ ਕੰਪੇਅਰਿੰਗ ਦ ਰੇਸ਼ੀਓਸ A1/A2, B1/B2 ਐਂਡ C1/C2, ਫਾਈਂਡ ਆਊਟ ਵੈਦਰ ਦ ਲਾਈਨਸ ਰਿਪ੍ਰੈਜੈਂਟਿੰਗ ਦ ਫੋਲੋਇੰਗ ਪੇਅਰਸ ਆਫ ਲੀਨੀਅਰ ਇਕੁਏਸ਼ਨਸ ਇੰਟਰਸੈਕਟ ਐਟ ਅ ਪੁਆਇੰਟ ਔਰ ਪੈਰਲਲ ਔਰ ਕੋਇੰਸੀਡੈਂਟ। ਅਤੇ ਤੁਹਾਡੇ ਦੋ ਇਕੁਏਸ਼ਨ ਦਿੱਤੀਆਂ ਹੋਈਆਂ, 9x+3y+12=0, ਦੂਜੀ 18x+6y+24=0। ਇਸ ਕੁਸ਼ਚਨ ਦੇ ਵਿੱਚ ਪਹਿਲਾਂ ਸਭ ਤੋਂ ਆਪਾਂ ਇਕੁਏਸ਼ਨ ਲਿਖ ਲੈਂਦੇ ਹਾਂ ਬੜੇ ਪਿਆਰ ਨਾਲ। ਇਹ ਹੋਗੀ 9x+3y+12=0, ਅਤੇ ਦੂਜੀ ਹੈਗੀ ਹੈ 18x+6y+24=0। ਚੰਗਾ ਜੀ, ਤੁਹਾਨੂੰ ਪਤਾ ਹੋਣੀ ਚਾਹੀਦੀ ਆ ਕਿ ਸਾਡੀ ਜਨਰਲ ਇਕੁਏਸ਼ਨ ਇਸ ਫੋਰਮ ਦੀ ਹੁੰਦੀ ਆ। ਚੰਗਾ ਜੀ, A2x+B2y+C2=0। ਹੁਣ ਜਨਰਲ ਇਕੁਏਸ਼ਨ ਨੂੰ ਧਿਆਨ ਰੱਖਦੇ ਹੋਏ ਮੈਂ ਸਿੱਧਾ ਕਹਿ ਸਕਦਾ A1 ਦਾ ਮਾਨ ਹੋ ਗਿਆ 9, A2 ਦਾ ਮਾਨ 18, B1 ਦਾ ਮਾਨ 3 ਅਤੇ B2 ਦਾ ਮਾਨ 6, ਐਵੇਂ C1 ਦਾ ਮਾਨ 12 ਅਤੇ C2 ਦਾ ਮਾਨ 24। ਕਿੰਨਾ ਸੌਖਾ ਸੀ ਦੱਸੋ, ਹੈ ਕਿ ਨਹੀਂ? ਹੁਣ ਆਪਾਂ ਰੇਸ਼ੋ ਕੱਢ ਲੈਂਦੇ ਹਾਂ ਬੜੇ ਪਿਆਰ ਨਾਲ। ਵੇਖੋਗੇ ਤੁਸੀਂ ਤੇ A1/A2 ਕੀ ਹੋਊ, 9/18 ਕੱਟ ਕਰਕੇ ਆਂਸਰ ਦੇਗਾ 1/2, ਹੈ ਨਾ? ਤੇ ਇੱਦਾਂ ਹੀ ਆਪਾਂ ਨੂੰ B1/B2 ਦਾ ਮਾਨ ਕੱਢਾਂਗੇ, ਉਹ ਕਿੰਨਾ ਹੈ 3/6, ਉਹ ਵੀ ਆਂਸਰ ਕਿੰਨਾ ਦੇਗਾ 1/2 ਕੱਟ ਕੇ। ਐ ਵੀ C1/C2 ਕਰਾਂਗੇ ਤੇ ਇਹ ਕਿੰਨਾ 12/24, ਕੱਟ ਕੇ ਕਿੰਨਾ ਮਿਲੇਗਾ ਤੁਹਾਨੂੰ ਫਿਰ ਤੋਂ 1/2। ਗੱਲ ਲੱਗੀ ਸਮਝ? ਤੇ ਆਪਾਂ ਇੱਥੇ ਕੀ ਨੋਟਿਸ ਕੀਤਾ, ਆਪਾਂ ਵੇਖਿਆ ਕਿ ਤਿੰਨੋ ਹੀ ਬਰਾਬਰ ਆ ਗਏ ਨੇ। ਵੇਖ ਸਕਦੇ ਹਾਂ ਆਪਾਂ, ਜੋ ਤਿੰਨੋ ਬਰਾਬਰ ਆ ਜਾਂਦੇ ਨੇ ਤਾਂ ਆਪਾਂ ਕੀ ਕਹਿੰਦੇ ਹਾਂ, ਆਪਾਂ ਕਹਿੰਦੇ ਹਾਂ ਕਿ ਜਿਹੜੀ ਇੱਕ ਪੇਅਰ ਆਫ ਇਕੁਏਸ਼ਨਸ ਹੈਗੀਆਂ ਨੇ ਨਾ, ਲੀਨੀਅਰ ਇਕੁਏਸ਼ਨ ਦੀ ਪੇਅਰ ਜਿਹੜੀ ਹੈਗੀ ਹੈ ਉਹ ਕੀ ਨੇ, ਕੋਇੰਸੀਡੈਂਟ ਨੇ। ਸਮਝ ਆ ਗਈ ਗੱਲ? ਬਸ ਆਰ, ਇੱਥੇ ਆਰ ਲਿਖ ਲਓ, ਆਰ ਕੋਇੰਸੀਡੈਂਟ। ਤੇ ਸਾਡੇ ਕੋਲ ਤਿੰਨ ਆਪਸ਼ਨ ਸੀਗੇ ਇੱਥੇ ਕਿ ਇੰਟਰਸੈਕਟ ਕਰੇਗੀ, ਪੈਰਲਲ ਹੋਣਗੀਆਂ ਜਾਂ ਕੋਇੰਸੀਡੈਂਟ ਹੋਣਗੀਆਂ। ਤੇ ਤੁਹਾਨੂੰ ਤੇ ਮਿਲ ਚੁੱਕਿਆ ਤੁਹਾਡਾ ਆਨਸਰ ਕੀ ਹੋਣਗੀਆਂ, ਉਹ ਕੋਇੰਸੀਡੈਂਟ ਹੋਣਗੀਆਂ। ਧੰਨਵਾਦ ਜੀ, ਇਹ ਤੁਹਾਡਾ ਸੋਲਿਊਸ਼ਨ ਸੀ।